ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਂ
ਤੇ ਆਇਆ ਜਿਸ ਰਿਠਾ ਸਭ ਦੁਖ ਜਾਏ। ਏਕ ਵਾਰ ਕਰ ਸਿਮਰੈ ਤਨ ਅਮਦਾਰ ਧਾਏ ਸਭ ਥਾਈ ਹੁਣ ਸਹਾਏ। ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਸਦਾਰ ਦਾ ਧਿਆਨ ਕਰਕੇ ਬੋਲ ਜੀਵਾਹੇ ਗੁਰੂ ਪੰਜਾ ਪਿਆਰਿਆਂ ਤੁਹਾਂ ਸਾਹਿਬਾਂ ਚਰ ਮੁਖ ਫਟੀਆਂ ਜਪੀਆਂ ਤਪੀਆਂ ਜਿਨ੍ਹਾਂ ਦਾ ਅੰਗ ਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਰ ਦੇਖਿਆ ਨਟ ਕੀਤਾ ਇਨਾਮ ਪਿਆਰਿਆਂ ਸੁਪਿਆਰਿਆਂ ਨੇ ਕਮਾਈ ਦਾ ਧਿਆਨ ਕਰਕੇ ਬੋਲੋ ਜੀਵਾਹੇ ਗੁਰੂ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹਿਰਸੇ ਦਿੱਤੇ ਬਾਗ ਬਾਗ ਪਟਵਾਏ ਟੋਕਰੀਆਂ ਲਭਾਈਆਂ ਚਰਨੀਆਂ ਤੇ ਚੜੇ ਤਨ ਆਰੀਆਂ ਨਾ ਚਲਾਈ ਕੇ ਗੁਰਦੁਆਰੇ ਦੀ ਸੇਵਾ ਦੀ ਕੁਰਬਾਨੀ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਸਾਂ ਨਾਮ ਨਿਭਾਏ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਰਬ ਜੀਵਾਹੇ ਗੁਰੂ ਸਹੀ ਪਿਆਰੇ ਮਿਲੋ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਨਾਮ ਚ ਪਿਆਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਜਨਮ ਤੁਮਾਰੇ ਦਾਸ ਦਾਸ ਜੀਵੋ ਚੇਤ ਪਰਮ ਦਰਸ਼ਨ ਦੇਖੇ ਸਤਨਾਮ ਸਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀਐ ਵਾਹ ਦੂਜਾ ਕਰਸਾ ਵਾਹ ਦੂਜੀ ਫਤਿਹ ਪੂਰੇ ਸੋਹਣੇ ਨਾਲ ਮੈਂ ਜਾਣਦਾ ਨਹੀਂ ਹਾਂ ਲੇਕਿਨ ਜੋ ਮੈਨੂੰ ਹੁਣ ਵਿਸ਼ੇਸ਼ ਤੌਰ 'ਤੇ ਦੱਸਿਆ ਗਿਆ ਕਿ 1954 ਤੋਂ ਸਾਡੇ ਸਾਹਿਬ ਜੀ ਸਾਰਾਮ ਸਿੰਘ ਪਿੰਡ ਕੋਟਲੀ ਨੇੜੇ ਚਮਕੌਰ ਸਾਹਿਬ ਤੋਂ ਲੁਧਿਆਣੇ 'ਚ ਸ਼ਿਫਟ ਹੋਏ ਜਦੋਂ ਮਹਿਜ਼ 14 ਸਾਲ ਦੀ ਉਮਰ ਸੀ ਇਹਨਾਂ ਦੀ ਆ ਕੇ ਇਹਨਾਂ ਨੇ ਨੌਕਰੀ ਕੀਤੀ ਮਿਹਨਤ ਕੀਤੀ ਪਰ ਨੌਕਰੀ ਕਰਦੇ ਹੋਏ ਇੰਨੇ ਕੁ ਐਕਸਪਰਟ ਹੋ ਗਏ ਕਿ ਇਹਨਾਂ ਨੇ ਆਪਣਾ ਕੰਮ ਕੀਤਾ ਮਿਹਨਤ ਕੀਤੀ ਔਰ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਇਹਨਾਂ ਦੀ ਇਮਾਨਦਾਰੀ ਦੇ ਸਦਕਾ ਅੱਜ ਇਹਨਾਂ ਦਾ ਪਰਿਵਾਰ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਦੋ ਪਰਮਾ ਉਹ ਸੇਵਕ ਓਵਰਲਾਪ ਸੇਵਕ ਫੋਰਜਿੰਗ ਇਹ ਪਰਮਾ ਇਹਨਾਂ ਦੀਆਂ ਚੱਲ ਰਹੀਆਂ ਹਨ ਪਰਿਵਾਰ ਦਾ ਜੋ ਇਸ ਵੇਲੇ ਵਰਤਾਰਾ ਹੈ ਲੋਕਾਂ ਦੇ ਨਾਲ ਮਿਲ ਵਰਤਣਾ ਹੈ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਵਾ ਆਪਾਂ ਸਾਰਿਆਂ ਰਲ ਕੇ ਅਰਦਾਸ ਕੀਤੀ ਹੈ ਮੈਂ ਵੀ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਵਾ ਕਿ ਸਰ ਰਾਮ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖਣਾ ਪਿੱਛੇ ਮਾਰਵਾ ਪਰਿਵਾਰ ਨੂੰ ਮੇਰੇ ਵੀਰ ਸਰ ਇੰਦਰਪਾਲ ਸਿੰਘ ਜੀ ਨੂੰ ਸਰ ਗੁਰਵਿੰਦਰ ਸਿੰਘ ਨੂੰ ਔਰ ਪੂਰੇ ਪਰਿਵਾਰ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਆਓ ਆਪਾਂ ਇੱਕ ਵਾਰ ਫਿਰ ਸਾਰੇ ਹਾਜ਼ਰੀ ਲਵਾਈਏ ਕਿ ਸੰਮਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਤੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੌਰ ਪਤਨੀ ਸਰਦਾਰ ਰਾਮ ਸਿੰਘ ਉਹਨਾਂ ਵੱਲੋਂ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹਾਂ ਔਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਚਰਨ ਦੇ ਵਿੱਚ ਅਰਦਾਸ ਕਰਿਓ ਕਿ ਸਾਡੇ ਵਿਛੜ ਹੋਏ ਬਾਪੂ ਜੀ ਦੀ ਆਤਮਾ ਨੂੰ ਪਰਮਾਤਮਾ ਸਦੀਵੀ ਕਾਲ ਦੇ ਵਿੱਚ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਨੇਕ ਚੱਲਣ ਦੇ ਰਾਹ 'ਤੇ ਚੱਲਦੇ ਹੋਏ ਮਿਹਨਤ ਕਰਕੇ ਆਪਣਾ ਇਸੇ ਤਰ੍ਹਾਂ ਦਾ ਜੋ ਸਮਾਜਿਕ ਰੁਤਬਾ ਹੋਰ ਵਧਾਉਣ ਦੀ ਹਿੰਮਤ ਬਖਸ਼ੇ ਇਹਦੇ ਨਾਲ ਹੀ ਦਾਸ ਕੋਈ ਲਫ਼ਜ਼ਾਂ ਘੱਟ ਗਿਆ ਗਿਆ ਹੋਵੇ ਕਿਵਾਂ ਦਾ ਜਾਗਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਕੇ ਲੰਗਰ ਛਕਣ ਲੰਗਰ ਛੱਕ ਜਾਣ ਦੀ ਕਿਰਪਾਲਤਾ ਕਰਨੀ ਔਰ ਜਿਨ੍ਹਾਂ ਨੇ ਲੰਗਰ ਛੱਕ ਲਿਆ ਹੋਇਆ ਉਹ ਚਾਹ ਦਾ ਲੰਗਰ ਤਿਆਰ ਹੈ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਚਾਹ ਦਾ
Thank you.
Yeah.
Thank you.
Oh,
Thank you.
Oh,
Oh,
अकाल मालिक परमात्मा ने जितनी सुवासा दी थी उनकी बख्शिश की किसी ने सुवासा रूपी पूंजी को होते हुए अकाल मालिक आप सारे ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲੇ ਵਾਲੇ ਕਰਤਾ ਇਹ ਅਰਦਾਸ ਬੇਨਤੀ ਕਰਨੀ ਹੈ ਅੰਕੀ ਬਾਲ ਬਚਨ ਬੰਦੇ ਕੋ ਬਹੁਤ ਆਪਾ ਪਰਖ ਦੇ ਰਹਾ ਕਹਿ ਕਬੀ ਸੁਣੋ ਰੇ ਸੰਤੋ ਖੇਤੀ ਕਰੋ ਗੁਰੂ ਕਿਰਪਾ ਕਰੇ ਕੁਛ ਵੀ ਹੋਈ ਜੀ ਮਾਤਾ ਦੇ ਬਹੁਤ ਬਹੁਤ ਨਾਮ ਆ ਰਹੇ ਨੇ ਆਪਣਾ ਚਰਨਾ ਦਾ ਨਿਵਾਸ ਪੁੱਛੇ ਜੀ ਆਵਾ ਗੁਰੂ ਦਾ ਬੰਦਰ ਤੋਂ ਕੁਛ ਕਰੇ ਪਿੱਛੇ ਪ੍ਰਭਾਵ ਆ ਪਾਣਾ ਮਨ ਦਾ ਦਾ ਪੁੱਛੇ ਜੀ ਸਾਰਿਆਂ ਦੇ ਨਾਲ ਜਾਣ ਕੇ ਅਰਦਾਸ ਆ ਰਹੀ ਹੈ ਇੱਕ ਮਨ ਮਨ ਬਤਾ ਦਾ ਜੀ ਜੀ ਦੇਖੋ ਸੋ ਜਲ ਸੀ ਸੜੀ ਆ ਜੋ ਹੋਵੇ ਸਾਰਾ ਰੁਕੇ ਇਹ ਸ਼ਬਦ ਰੂਪੀ ਅਰਦਾਸ ਗੁਰੂ ਸਾਹਿਬ ਜੀ ਦਾ ਖਾਲਸਾ ਕਰਦੇ ਹਾਂ ਪਿੱਛੇ ਕੋਈ ਵੀ ਬਾਬਾ ਹੋ ਤਾਂ ਸਰਦਾਰ ਜੀ ਮਾਸ ਪੁੱਛੇ ਕਿ ਛੇ ਕੇ ਪਰਵਾਹ ਪਾਣਾ ਨਾ ਦਾ ਨਾ ਪੁੱਛੇ ਆ ਪੰਸਾ ਕਰੇ ਜੀ ਸ਼ਬਦ ਹੀ ਹਾਂ ਜੀ ਕੋ ਬਾਬਾ ਫਿਰ ਦਿਲ ਮਾਫੀ ਕਰਾ ਕੇ ਨਾਮ ਸਭ ਦੇ ਬਾਰ ਬਾਰ ਕਰਾਂਗੇ ਦੇਖੋ ਸਜਣ ਦਾ ਸਿਸੜੀਆਂ ਦਾ ਜੋ ਹੋਵੇ ਸਾਹਿਬ ਸਭ ਦੇ ਆਪਾਂ ਜੋ ਹੋਵੇ ਸਾਹਿਬ ਸੇਵੇ ਦੇਹੋ ਸਤਿਗੁਰ ਖਸੀ ਸੜੀਆਂ ਜੋ ਹੋਵੇ ਸਾਹਿਬ ਸੇਵੇ ਦੇਹੋ ਸੱਜਣ ਕਰ ਕਾ ਸੋਹੇ ਲਾ
ਅਗਲੀ ਮਹਲਾ ਤੀਜਾ ਅਨੰਤ ਓਅੰਕਾਰ ਸਤਿ ਪ੍ਰਸਾਦ ਅਨੰਤ ਪਿਆ ਮੇਰੀ ਬਾਏ ਸਤਿਗੁਰੂ ਮੈਂ ਵੰਡ ਕੇ ਛਕਿਆ ਦੇਖ ਚਲਾਏ ਦੇਖ ਵਰ ਦੇਖਿਆ ਨਟਕਾ
Thank you.
ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਕਿ ਹੇ ਅਕਾਲ ਪੁਰਖ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣਾ ਅਤੇ ਸਾਨੂੰ ਸਾਰੇ ਪਰਿਵਾਰ ਨੂੰ ਭਾਣਾ ਬਣਨ ਦਾ ਬਲ ਬਖਸ਼ਣਾ। ਸਰਦਾਰ ਰਾਮ ਸਿੰਘ ਜੀ ਜੋ ਬਹੁਤ ਹੀ ਮਿਹਨਤੀ ਸੁਭਾਅ ਦੇ ਇਨਸਾਨ ਸਨ, ਜਿਵੇਂ ਕਿ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਪਰਿਵਾਰ ਵੱਲੋਂ, ਛੋਟਾ ਵੀਰ ਗੁਰਵਿੰਦਰ ਸਿੰਘ ਗੋਲਡੀ ਮੇਰਾ ਕਲਾਸ ਵੱਲੋਂ ਵੀ ਰਿਹਾ, ਅਸੀਂ ਲੋਅ ਇਕੱਠੇ ਕੀਤਾ। ਮੈਂ ਜਾਣਦਾ ਨਹੀਂ ਹਾਂ, ਲੇਕਿਨ ਜੋ ਮੈਨੂੰ ਹੁਣ ਵਿਸ਼ੇਸ਼ ਤੌਰ 'ਤੇ ਦੱਸਿਆ ਗਿਆ ਕਿ 1954 ਤੋਂ ਸਾਡੇ ਸਾਹਿਬ ਜੀ ਸਰ ਰਾਮ ਸਿੰਘ ਪਿੰਡ ਕੋਟਲੀ ਨੇੜੇ ਚਮਕੌਰ ਸਾਹਿਬ ਤੋਂ ਲੁਧਿਆਣੇ 'ਚ ਸ਼ਿਫਟ ਹੋਏ, ਜਦੋਂ ਮਹਿਜ਼ 14 ਸਾਲ ਦੀ ਉਮਰ ਸੀ ਇਹਨਾਂ ਦੀ। ਆ ਕੇ ਇਹਨਾਂ ਨੇ ਨੌਕਰੀ ਕੀਤੀ, ਮਿਹਨਤ ਕੀਤੀ, ਪਰ ਨੌਕਰੀ ਕਰਦੇ ਹੋਏ ਇੰਨੇ ਕੁ ਐਕਸਪਰਟ ਹੋ ਗਏ ਕਿ ਇਹਨਾਂ ਨੇ ਆਪਣਾ ਕੰਮ ਕੀਤਾ, ਮਿਹਨਤ ਕੀਤੀ ਔਰ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਇਹਨਾਂ ਦੀ ਇਮਾਨਦਾਰੀ ਦੇ ਸਦਕਾ ਅੱਜ ਇਹਨਾਂ ਦਾ ਪਰਿਵਾਰ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ। ਦੋ ਫਰਮਾਂ ਉਹ ਸੇਵਕ ਓਵਰਲਾਕ ਸੇਵਕ ਫੋਰਜਿੰਗ, ਇਹ ਫਰਮਾਂ ਇਹਨਾਂ ਦੀਆਂ ਚੱਲ ਰਹੀਆਂ ਹਨ। ਪਰਿਵਾਰ ਦਾ ਜੋ ਇਸ ਵੇਲੇ ਵਰਤਾਰਾ ਹੈ, ਲੋਕਾਂ ਦੇ ਨਾਲ ਜੋ ਵਰਤਣਾ ਹੈ, ਸਹਿਚਾਰ ਹੈ, ਇਹ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਰਾਮ ਸਿੰਘ ਨੇ ਆਪਣੇ ਪਰਿਵਾਰ ਨੂੰ ਕਿੰਨਾ ਵਧੀਆ ਜੋ ਸੰਸਕਾਰ ਦਿੱਤੇ, ਕਿੰਨੇ ਵਧੀਆ ਤਰੀਕੇ ਨਾਲ ਪਾਲਣਾ ਪੋਸ਼ਣਾ ਕੀਤੀ, ਇਹ ਅੱਜ ਰਾਮ ਜੀ ਦਾ ਕਰ ਕੇ ਸਭ ਕੁਝ ਦੱਸ ਰਿਹਾ ਹੈ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਮੈਂ ਜਿੱਥੇ ਸਾਡੇ ਕੋਲ ਅੱਜ ਰਾਜਨੀਤਿਕ ਆਗੂ, ਧਾਰਮਿਕ ਆਗੂ, ਸਾਰੀਆਂ ਜਥੇਬੰਦੀਆਂ ਦੇ ਆਗੂ ਆਏ ਹੈ, ਸਭ ਨੇ ਘਰ ਆ ਕੇ ਵੀ ਕੁਛ ਅਫਸੋਸ ਪ੍ਰਗਟ ਕਰਕੇ ਗਏ ਨੇ, ਕੁਛ ਇੱਥੇ ਵੀ ਹਾਜ਼ਰ ਹੋ ਕੇ ਚਲੇ ਗਏ ਨੇ, ਬਾਕੀ ਆਪ ਸੰਗਤਾਂ ਬੈਠੀਆਂ ਜੋ ਆਪ ਦੇ ਵਿੱਚ ਬਹੁਤ ਮਾਨ ਸ਼ਖਸੀਅਤਾਂ ਬੈਠੀਆਂ ਨੇ, ਪਰ ਕੁਛ ਸ਼ੋਕ ਮਤੇ ਆਏ ਨੇ ਜਿਹਨਾਂ ਨੂੰ ਮੈਂ ਵੇਰਵਾ ਬਾਅਦ ਵਿੱਚ ਦੱਸਾਂਗਾ। ਇਸ ਤੋਂ ਪਹਿਲਾਂ ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਜੀਤ ਸਿੰਘ ਕੁਲਾਰ, ਜੋ ਬਹੁਤ ਗੋਲੜੇ ਸੁਭਾਅ ਦੇ ਨੇ, ਪਰਿਵਾਰ ਦੇ ਨੂੰ ਆਪਣੀ ਨੇੜਤਾ ਰੱਖਦੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਲਈ ਸਰਦਾਰ ਰਾਮ ਸਿੰਘ ਹੋਰਾਂ ਬਾਰੇ ਸ਼ਬਦ ਦੇ ਕੋਲ ਅਰਪਣ ਕਰਕੇ ਉਸ ਤੋਂ ਬਾਅਦ ਮੈਂ ਆਪ ਜੀ ਦੇ ਸ਼ੋਕ ਮਤੇ ਜੋ ਆਏ ਹਨ ਉਹ ਪੜ੍ਹ ਕੇ ਸੁਣਾਵਾਂਗਾ। ਸਰ ਗੁਰਜੀਤ ਸਿੰਘ ਜੀ ਕੁਲਾਰ ਆਪ ਜੀ ਦੇ ਸਾਹਮਣੇ 2 ਮਿੰਟ ਲਈ ਸੰਗਤਾਂ ਦੇ ਦਰਸ਼ਨ ਕਰਨਗੇ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵੇ ਸਦਾ ਸਦਾ, ਸੁਰਤੀ ਹੀ ਪੱਤ ਹੋਏ, ਸਰਤੇ ਸਰਤੇ ਸਦਾ ਸਦਾ, ਐਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ, ਦਿਲ ਪੁੱਛਿਆ ਹੀ ਲੈ ਜਾਏ। ਪਰਮ ਸਤਿਕਾਰਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਾਮ ਸਿੰਘ ਜੀ ਮਾਲਵਾ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਗੁਰੂ ਰੂਪ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪ੍ਰਮਾਣ ਹੈ ਕਿ ਜੈਸੇ ਜਲ ਤੇ ਬੁਲਬੁਦਾ, ਉਪਜੇ ਬਿਲ ਸੇ ਮੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਇਹ ਜੋ ਸੰਸਾਰ ਹੈ ਇਹ ਪਰਮਾਤਮਾ ਦਾ ਉਹ ਬਗੀਚਾ ਹੈ, ਚਾਹੇ ਉਹ ਇਸ ਦੇ ਵਿੱਚੋਂ ਖਿੜੇ ਹੋਏ ਫੁੱਲਾਂ ਨੂੰ, ਚਾਹੇ ਅੱਧ ਖਿੜੇ ਫੁੱਲਾਂ ਨੂੰ, ਚਾਹੇ ਕੱਚੀਆਂ ਡੋਡੀਆਂ ਨੂੰ ਤੋੜ ਲਵੇ। ਗੁਰੂ ਸਾਹਿਬ ਨੇ ਸਾਨੂੰ ਸਿਰਫ ਭਾਣਾ ਮੰਨਣ ਦਾ ਉਪਦੇਸ਼ ਕੀਤਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜੰਮਣ ਮਰਨਾ ਹੁਕਮ ਹੈ, ਭਾਣਾ ਮਰਿਆ ਜਾਏ, ਸਾਨੂੰ ਭਾਣੇ ਵਿੱਚ ਹੀ ਰਹਿਣ ਦਾ ਉਪਦੇਸ਼ ਕੀਤਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਗੁਰਮੁਖ ਹੋਏ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ, ਜਿਸ ਦੀ ਵਸਤ ਸੋਈ ਲੈ ਜਾਏਗਾ, ਰੋਜ਼ ਕਿਸ ਕਿਉਂ ਪੀਜੈ। ਅਤੇ ਉਮਰ ਨੇ ਜਦੋਂ ਸਵਸਥਾ ਨੂੰ ਕਿ ਪੂੰਜੀ ਸਮਾਪਤ ਹੋ ਗਈ ਤਾਂ ਗੁਰੂ ਸਾਹਿਬ ਨੇ ਆਪਣੀ ਦਾਤ ਨੂੰ ਵਾਪਸ ਲੈ ਲਿਆ, ਸਾਨੂੰ ਸਿਰਫ ਭਾਣੇ ਵਿੱਚ ਰਹਿਣ ਦਾ ਉਪਦੇਸ਼ ਕੀਤਾ। ਭਾਣਾ ਮੰਨਣਾ ਬਹੁਤ ਕਠਿਨ ਹੈ, ਪਰ ਗੁਰੂ ਸਾਹਿਬ ਨੇ ਕਿਹਾ ਕਿ ਆਪਣਾ ਭਾਣਾ ਆਪ ਮਨਾ ਲਏ, ਜਾਂ ਫਿਰ ਉਹ ਭਾਣੇ ਨੂੰ ਮਨਾ ਲੈਂਦਾ। ਮੈਂ ਜਿੱਥੇ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਔਰਗੇਨਾਈਜੇਸ਼ਨ ਪੀਕੋ ਦੀ ਤਰਫ ਤੋਂ, ਉੱਥੇ ਕੁਲਾਰ ਪਰਿਵਾਰ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਪਰਿਵਾਰ ਦੇ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਵਾ। ਆਪਾਂ ਸਾਰਿਆਂ ਰਲ ਕੇ ਅਰਦਾਸ ਕੀਤੀ ਹੈ, ਮੈਂ ਵੀ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਵਾ ਕਿ ਸਰ ਰਾਮ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਮਾਲਵਾ ਪਰਿਵਾਰ ਨੂੰ, ਮੇਰੇ ਵੀਰ ਸਰ ਇੰਦਰਪਾਲ ਸਿੰਘ ਜੀ ਨੂੰ, ਸਰ ਗੁਰਵਿੰਦਰ ਸਿੰਘ ਨੂੰ ਔਰ ਪੂਰੇ ਪਰਿਵਾਰ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ। ਆਓ ਆਪਾਂ ਇੱਕ ਵਾਰ ਫਿਰ ਸਾਰੇ ਹਾਜ਼ਰੀ ਲਵਾਈਏ ਕਿ ਸੰਮਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਖੋ ਸੱਜਣ ਤੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਸਾਹਿਬ ਗੁਰਜੀਤ ਸਿੰਘ ਕੁਲਾਰਾ।
समुचा परिवार साढ़े हमने भी गुरु इंद्रपाल सिंह छोटे गुरविंदर सिंह एडवोकेट छोटा नाम गोल्डी और साढ़े सत्कारयोग भैन गुरदीप कौर सत्कारयोग तीजा जी तेजपाल सिंह इस परिवार ने सर राम सिंह का जो अंतला समा सी थोड़ा क्रिटिकल हो गया क्योंकि तकलीफ ज़्यादा बढ़ गई हॉस्पिटल रहना पाया सारे परिवार ने सारे स्टाफ ने फर्मा के इन्होंने इंप्लॉइज भी नाल लग के सेवा की इन्हों की सब का परिवार का और सारे इंप्लॉइज का धन्यवाद और इस अलावा इन वालों आई हुई समुची संगत का धन्यवाद और गुरुचरणों में थोड़ी हाजिरी लगी ये नाल ही जो शोक मते आए हैं वो सरदार इंद्रजीत सिंह सोहल प्रेजिडेंट पंजाब प्लाईवुड मैनुफैक्चरिंग एसोसीएशन सर गुरमीत सिंह जी कुलार जिन्हों के दर्शन किए हैं कुलार इंटरनेशनल तो सो स्विंग मशीन डीलर्स एंड असेंबलर्स एसोसीएशन उतों भी शोक संदेश आया इन्हों का भी धन्यवाद लुधियाना स्विंग मशीन इंडस्ट्री एसोसीएशन तो भी शोक मत आया इन्हों का भी धन्यवाद इस तो अलावा जिहड़ियां शख्सियतां साढ़े दरम्यान पहुंचियां ने उन्हां दे विच सीको स्टील रोलिंग मिल तो सर करतार सरदार दविंदर सिंह ते सर करतार सिंह रैत ग्रैंडर तो सर दविंदर सिंह रैत स्टील तो सर मेहर सिंह करम सिंह सर महिंदर सिंह दीप और सर अमरजीत सिंह सिलाई मशीन एसोसीएशन तो और इस अलावा डिस्ट्रिक्ट बार एसोसीएशन जो साढ़े वकीलों की जथेबंदी है उसमें प्रधान सरदार फारूकार सिंह घूमन उन्होंने शोक मता लैके आए अजीत सिंह वाली एडवोकेट और सारिया शख्सियत जिन्हों के मैं नाम लवान तो इस लिस्ट बहुत लंबी है सब का धन्यवाद गोल्डी भी किसी का नाम रह गया हो मैं जरूर दस दौ ताकि किसी का शोक मता थोड़े को अलग आया हो सो सारिया संगत का संगत रूप के धन्यवाद नाम सबू राम जानते हैं पर असी साढ़े सत्कार माता मनजीत कौर धर्म पत्नी सरदार राम सिंह उन्होंने वालों सारी आई हुई संगत का धन्यवाद करते हाँ और आप जी को बेनती करते हाँ कि गुरु चरण के अरदास करो कि साढ़े पिछड़ हुए बापू जी की आत्मा को परमात्मा सदीवी काल के अपने चरणों के नवाज बख्शे और बच्चों को इस तरह ही नेक चलने के राह पर चलते हुए मेहनत करके अपना इस तरह का जो समाजिक रुतबा होर बनाने की हिम्मत बख्शे ये ही दास कोई लफ्ज वध कट गया गया हिमा का जागत है वाहेगुरु जी का खालसा वाहेगुरु जी की फतह चल रहा है कृपा करके लंगर छक जाने की कृपालता करनी और जिन्होंने लंगर छक लिया है वो चाह का लंगर तैयार है परिवार वालों हाथ जोड़ के बेनती है कि चाह का लंगर जरूर छक जाना है वाहेगुरु जी का खालसा।